थोड़ी जी गर्मी तो बाद ठंड फिर चल रही आस्ट्रेलिया दे विच, जिदा 7-8 डिग्री तो लैके शाम नू सिडनी वाइज असी दस रहे हैं, ज़्यादा दिन नू जिदा 20 या 21 तक आ, पर हाले भी चांदी चांदी ठंड हाले हैगी आ, स्प्रिंग वल नू वध रहे जी। तो इस तो बाद जे गल की जाए गुरु घर की, तो बहुत सारिया वीडियोज़ ने जड़ियाँ फॉरन तो या पंजाब तो या वक् वक् एरिया तो वायरल हो रही ने, पर जे गल की जाए कि गुरुद्वारे रिहायश को लैके कि बहुत सारे लोग कहते हैं कि सानू गुरुद्वारे कमरे नहीं मिलते जी, स्टूडेंट्स को उत्थे रहन नहीं दिता जाता, अजिहियां घटनावां ने जड़ियाँ आस्ट्रेलिया तो भी सामने आ रही ने। ਬਈ ਗੁਰੂ ਘਰ ਦੇ ਜਿਹੜੇ ਆਲੇ ਦੁਆਲੇ ਨਾ ਸਰਾਊਂਡਿੰਗ ਏਰੀਆ ਜਿੱਥੇ ਹੋਰ ਵੀ ਘਰ ਲੈ ਲਏ ਹੋਏ ਆ ਕਾਫੀ ਮਹਿੰਗੇ, ਉਹਨਾਂ ਕਮਰਿਆਂ 'ਚ ਫਿਰ ਜਿਹੜਾ ਵੀ ਕੋਈ ਲੋੜਵੰਦ ਆਉਂਦੇ ਆ, ਬੱਚੇ ਜਿਹਨਾਂ ਦਾ ਕੋਈ ਰਿਹਾਇਸ਼ ਨਹੀਂ ਹੁੰਦੀ ਉੱਥੇ ਉਹ ਰਹਿੰਦੇ ਆ, ਜਿੰਨੀ ਕੁ ਜਗ੍ਹਾ ਰਹਿ ਸਕਦੀ ਫਿਰ ਕੰਮ ਕਰ ਮਿਲ ਜਾਂਦਾ ਚਲ ਜਾਂਦੇ ਆ। ਉਹਨਾਂ ਨੇ ਇਹ ਦੱਸਿਆ ਬਈ ਇਹ ਗੱਲ ਜੇ ਅਸੀਂ ਕਰਦੇ ਹਾਂ ਜ਼ਰੂਰੀ ਆ ਸਾਰਿਆਂ ਨੂੰ ਬੇਨਤੀ ਕਰਨ ਵਾਲੀ, ਵੀ ਉੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਬੀਅਰ ਦੀਆਂ ਬੋਤਲਾਂ ਮਿਲੀਆਂ, ਸਫਾਈ ਵੀ ਨਹੀਂ ਕਰਕੇ ਜਾਂਦੇ। ਅਨਾਲਿਸਿਸ ਕੀਤਾ ਜਾਵੇ, ਕੋਈ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜ਼ਰੂਰ ਨਿਕਲੂਗਾ ਵੀ ਇੱਦਾਂ ਦੇ ਤਣਾਅ ਦੇ ਵਿੱਚ ਜਾਂ ਤਾਂ ਇਹ ਕੋਈ ਡਰੱਗ ਯੂਜ਼ ਕਰਦੇ ਆ ਜਾਂ ਕੋਈ ਇਹ ਇੱਦਾਂ ਦੀਆਂ ਚੀਜ਼ਾਂ ਯੂਜ਼ ਕਰਦੇ ਆ, ਜਿਹਦੀ ਕਿ ਆਏ ਦਿਨ ਯੰਗ ਯੂਥ ਦੀਆਂ ਬੱਚਿਆਂ ਦੀਆਂ ਡੈਥ ਹੋ ਰਹੀਆਂ, ਇੱਕ ਬਹੁਤ ਹੀ ਸੈਡ ਆ। ਉਸੇ ਤਰ੍ਹਾਂ ਦਾ ਸਿਸਟਮ ਇਹਨਾਂ ਦਾ ਇੱਥੇ ਆ, ਇਹ ਉਹੀ ਗੋਰਿਆਂ ਦਾ ਰਾਜ ਆ ਜਿਹਦੇ ਵਿੱਚ ਅਸੀਂ ਇੱਧਰ ਆ ਕੇ ਕਰਦੇ ਹਾਂ, ਉਹੀ ਡੈਮੋਕਰੇਸੀਆਂ ਆ ਉੱਦਾਂ ਦੀਆਂ ਕਮੇਟੀਆਂ ਆ, ਪਰ ਅਸੀਂ ਧੜੇ ਬਣਾ ਬਣਾ ਕੇ ਅਸੀਂ ਤਾਂ ਅੰਦਰ ਲੜਨ ਲੱਗ ਪੈਂਦੇ, ਬਾਹਰ ਅਸੀਂ ਸਹੀ ਹੋ ਜਾਂਦੇ ਹਾਂ। ਵੀ ਆਪਸੀ ਥੋੜ੍ਹੀ ਜਿਹੀਆਂ ਰੰਜਿਸ਼ਾਂ ਨੂੰ ਪਿੱਛੇ ਰੱਖਦੇ ਹੋਏ ਇਹ ਗੱਲਾਂ ਦਾ ਜ਼ਰੂਰ ਧਿਆਨ, ਜਿਹੜੇ ਨਵੇਂ ਆਉਂਦੇ ਖਾਸ ਕਰਕੇ ਉਹ ਜ਼ਰੂਰ ਧਿਆਨ ਰੱਖਣ ਵੀ ਉੱਥੇ ਸੇਵਾ ਭਾਵਨਾ ਦੇ ਨਾਲ ਜ਼ਰੂਰੀ ਆ ਸੇਵਾ ਕਰਨੀ, ਜਿੰਨਾ ਚਿਰ ਕੰਮ ਨਹੀਂ ਮਿਲਦਾ ਸੇਵਾ ਕਰੋ ਰਹੋ, ਕੋਈ ਕਮੇਟੀਆਂ ਕੁਛ ਨਹੀਂ ਕਹਿੰਦੀਆਂ। ਅਸੀਂ ਵੀ ਇੱਦਾਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਜਦੋਂ ਕਿਤੇ ਹੋਰ ਕਿਤੇ ਇੰਟਰਵਿਊ ਦੇਣ ਜਾਂਦੇ ਚੰਡੀਗੜ੍ਹ ਜਾਂਦੇ ਕਿਤੇ ਜਾਂਦੇ ਸੀ, ਕਈ ਵਾਰੀ ਉੱਥੇ ਰਹਿ ਲੈਂਦਾ ਬੰਦਾ ਕੋਈ ਗੱਲ ਨਹੀਂ ਹੈਗੀ। ਸੋ ਇਹ ਇੱਕ ਜ਼ਰੂਰੀ ਬੇਨਤੀ ਸੀ ਗੁਰੂ ਘਰਾਂ ਨੂੰ, ਵੈਸੇ ਹੀ ਸਾਰੇ ਕੈਨੇਡਾ ਅਮਰੀਕਾ ਸਾਰੇ ਇਹ ਹੋਈ ਜਾ ਰਿਹਾ। ਸਾਡੇ ਬੱਚੇ ਜਿਹੜੇ ਉਹਨਾਂ ਸਾਡੇ ਧਰਮ ਤੋਂ ਵਾਕਿਫ ਨਹੀਂ ਹੋਣਗੇ, ਜਿੰਨਾ ਉਹਨਾਂ ਨੂੰ ਈਸਾਈ ਧਰਮ ਬਾਰੇ ਗਿਆਨ ਹੋਏਗਾ ਕਿ ਕੌਣ ਨੇ, ਕਿੱਥੋਂ ਆਏ ਨੇ, ਕੌਣ ਇਹਨਾਂ ਦਾ ਗੁਰੂ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹਨਾਂ ਤੋਂ ਬਹੁਤ ਵੱਡੀ ਘਾਟ ਹੈ ਰਹਿ ਗਈ ਹੈ, ਤਾਂ ਉਹਨਾਂ ਨੂੰ ਵੀ ਸਕੂਲ ਕਾਲਜ ਇੱਦਾਂ ਦੇ ਖੋਲ੍ਹਣੇ ਚਾਹੀਦੇ ਨੇ, ਸਿੱਖ ਪ੍ਰਚਾਰਕ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਨਾ ਚਾਹੀਦਾ, ਉਹਨਾਂ ਦੇ ਦੀਵਾਨ ਲਗਵਾਉਣੇ ਚਾਹੀਦੇ ਨੇ, ਜਗ੍ਹਾ ਜਗ੍ਹਾ 'ਤੇ ਕੈਂਪ ਲਗਾਉਣੇ ਚਾਹੀਦੇ ਨੇ, ਤਾਂ ਕਿ ਸਾਡੇ ਬੱਚਿਆਂ ਨੂੰ ਕਮ ਸੇ ਕਮ ਰਹਿਤ ਮਰਿਆਦਾ ਦਾ ਤਾਂ ਗਿਆਨ ਹੋਣਾ ਚਾਹੀਦਾ ਹੀ ਹੈ ਨਾ। ਅਸੀਂ ਕਮੇਟੀ ਨੂੰ ਮਾੜਾ ਤਾਂ ਨਹੀਂ ਕਹਿ ਸਕਦੇ, ਸ਼੍ਰੋਮਣੀ ਕਮੇਟੀ ਉਹਨਾਂ ਨੇ ਬਣਾਈ, ਵਧੀਆ ਕੀਤਾ, ਸਾਰਾ ਕੁਛ ਵਧੀਆ ਗਾ, ਪਰ ਜਿਹੜੀ ਉਹਦੀ ਮਿਸਮੈਨੇਜਮੈਂਟ ਹੋ ਰਹੀ, ਜਦੋਂ ਇੱਕ ਪਾਵਰ ਕੋਈ ਆ ਜਾਂਦੀ ਆ ਉਹਨੂੰ ਇੱਕੋ ਹੀ ਬੰਦਾ ਯੂਜ਼ ਕਰੇ, ਉਹ ਡਿਕਟੇਟ ਕਰਦਾ ਆ, ਜਦਕਿ ਸਾਨੂੰ ਸਿਧਾਂਤ ਤਾਂ ਸੀਗਾ ਵੀ ਇਹ ਪੰਜ ਪੁਰਖੀ ਲੀਡਰਸ਼ਿਪ ਦਾ। ਸੋ ਉੱਥੋਂ ਪਹਿਲਾਂ ਰੈਕਗਨਾਈਜ਼ ਕਰਾ ਕੇ, ਜਿੱਦਾਂ ਆਪਾਂ ਕਹਿੰਦੇ ਵੀ ਧਾਰਮਿਕ ਕਿਤਾਬਾਂ ਹੁੰਦੀਆਂ ਯੂਨੀਵਰਸਿਟੀਆਂ 'ਚ ਪਾਸ ਹੋ ਗਏ, ਟੈਕਸਟ ਹੁੰਦੇ ਆ, ਜਿੱਦਾਂ ਤੁਸੀਂ ਗੱਲ ਕੀਤੀ ਬਾਈਬਲ ਦੀ ਆ, ਉਹਨਾਂ ਦੇ ਟੈਸਟਾਮੈਂਟਸ ਹੈਗੇ ਆ, ਉਹ ਫਿਰ ਵੰਡਦੇ ਆ ਲਿਟਰੇਚਰ ਸਾਰੇ, ਉਹ ਵੰਡੇ ਜਾਣ, ਉੱਧਰ ਸਾਡਾ ਬਿਲਕੁਲ ਹੀ ਧਿਆਨ ਹੈ ਨਹੀਂ, ਸਾਰੀਆਂ ਲੈਂਗੁਏਜ ਦੇ ਵਿੱਚ ਚਾਹੀਦਾ ਆ, ਗੁਰੂ ਘਰਾਂ ਨੂੰ ਵੀ ਚਾਹੀਦਾ ਆ। ਜਾਂ ਹੁਣ ਇਹ ਕਹਿੰਦੇ ਆ ਵੀ ਫਲਾਨੀ ਉਹਨੂੰ RSS ਕਰਾਉਂਦੀ ਆ, ਆਹ ਕਰਵਾਉਂਦੇ ਆ ਉਹਦੇ ਆ, ਹੁਣ ਇੱਦਾਂ ਆ, ਪਰ ਅਸੀਂ ਆਪਣੇ ਆਪ ਨੂੰ ਧਿਆਨ ਨਹੀਂ ਮਾਰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ, ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਝਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਚੱਪੇ ਚੱਪੇ 'ਤੇ, ਜਾਣਕਾਰੀ ਕਰਦੇ ਹਾਂ ਉੱਥੋਂ ਦੀ ਇਕੱਠੀ ਕਿ ਆਖਿਰਕਾਰ ਆਸਟ੍ਰੇਲੀਆ ਦੇ ਵਿੱਚ ਕੀ ਕੁਛ ਚੱਲ ਰਿਹਾ ਖਾਸ, ਅਤੇ ਨਾਲੇ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਅਤੇ ਭਾਰਤ ਦੇ ਨਾਲ ਰਿਲੇਟਡ ਕਿ ਪੰਜਾਬ ਅਤੇ ਭਾਰਤ ਦੇ ਵਿੱਚ ਕੀ ਚੱਲ ਰਿਹਾ, ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਬੈਠੇ ਸਾਡੇ ਪੰਜਾਬੀ ਕੀ ਕਹਿਣਾ ਚਾਹੁੰਦੇ ਨੇ, ਆਪਣਾ ਕੀ ਪੱਖ ਰੱਖਦੇ ਨੇ। ਸੋ ਸਾਰੀਆਂ ਹੀ ਗੱਲਾਂ 'ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਅਕਸਰ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨੈਲ ਸਿੰਘ ਜੀ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਕਰਨੈਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਰਨੈਲ ਸਿੰਘ ਜੀ, ਅੱਜ ਤੁਸੀਂ ਵੈਦਰ ਦੇ ਨਾਲ ਰਿਲੇਟਡ ਕਿਹੜੀ ਖਬਰ ਲੈ ਕੇ ਆਏ ਹੋ? ਹਾਂਜੀ, ਸਾਡੇ ਕੋਲ ਵੈਦਰ ਕੀ ਤਕਰੀਬਨ ਠੀਕ ਆ,
थोड़ी जी गर्मी तो बाद ठंड फिर चल रही आस्ट्रेलिया दे विच जिदा 7-8 डिग्री तो लैके शाम नू सिडनी वाइज असी दस रहे हैं ज़्यादा दिन नू जिदा 20 या 21 तक आ पर हाले भी चांदी चांदी ठंड हाले हैगी आ स्प्रिंग वल नू वध रहे जी 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 बिल्कुल ते इस तो बाद जे गल कीती जावे गुरु घरां दी तां बहुत सारियां वीडियोज़ ने जिहड़ियां फॉरन तो या पंजाब तो या वख वख एरिया तो वायरल हो रही ने पर जे गल कीती जावे कि गुरुद्वारे दे विच रिहायश नू लैके कि बहुत सारे लोग कहिंदे ने कि सानू गुरुद्वारे दे विच कमरे नहीं मिलते जी स्टूडेंट्स नू उत्थे रहण नहीं दिता जाता अजिहियां घटनावां ने जिहड़ियां आस्ट्रेलिया तो भी सामने आ रही ने बहुत सारिया खबरां ने जिहड़ियां उत्थों दे गुरु घरां वल्लों भी अगे लियाईयां जा रही ने तां तुसीं की कहना चाहोगे देखिया सोशल मीडिया से गल निक्की नहीं हैगी गल बड़ी बन जाती आ जो आप देखते हाँ धुरों उतों अपने वैटिकन तो अकाल तख्त साहब तो लैके छोटे गुरु बिल्डिंग का नहीं आप कहते छोटे तो छोटे बिल्डिंग या छोटे गुरु घर के भी जिथे गुरु ग्रंथ साहब का प्रकाश आ जा उत्थे लंगर जरूर चलता हों सानू माड़ा मोटा भी जिससे भी कि आप बाहर जाते हैं गुरु नानक नाम लेवा ज कोई भी बंदा उत्थे आके लंगर प्रशादा सुखा रुखा जितना भी मिले वह छक लैंदा ते रैन बसेरा भी कर लैंदा ओहदे विच इह आ वी गुरु घर दा असीं हमेशा ही उत्थे जांदे आ नतमस्तक हुंदे आ बाद च विच नवदीप भैण जी मैं तुहानूं इह वी दस्सदा वी इह वी देखदे वी जिहड़े स्टूडेंट जां होर जदों सैटल हो जांदे आ सारे ओह उत्थे दुआरा अपना अवजाना शुकराना करन लई रस दे ढेर ला दिंदे स्टूडेंट चाहे ओह कणक का आटा हो चाहे दाल हो चाहे मठियाईया हो ही शरदा दे ही आस्था दे लंगर वादा ही वादा वादा तुरै जाता दुनिया से बड़ा ही नामना खट गया सिख पंथ पर उदों बड़ा सानू आपां कहिंदे वी शर्म नाल हुंदा सिर झुकदा बई जदों साडी रिहायश दे विच इहना गुरुद्वारे की रिहायश दे विच बाहर वालियां रिहायशां दे विच ਸਾਡੇ ਗਲੈਨਵੁੱਡ ਦੇ ਡਾਇਰੈਕਟਰ ਨੇ ਗੁਰਪ੍ਰੀਤ ਸਿੰਘ ਹੁਣੀ ਨੇ ਚੈਰਿਟੀ ਵਾਲੇ ਮੈਂ ਉਹਦਾ ਨਾਂ ਲੈ ਕੇ ਤਾਂ ਦੱਸ ਰਿਹਾ ਵੀ ਤੁਸੀਂ ਵੱਧ ਜਾਣਕਾਰੀ ਉਹਨਾਂ ਤੋਂ ਲੈ ਸਕਦੇ ਹੋ ਬਈ ਗੁਰੂ ਘਰ ਦੇ ਜਿਹੜੇ ਆਲੇ ਦੁਆਲੇ ਨਾ ਸਰਾਊਂਡਿੰਗ ਏਰੀਆ ਜਿੱਥੇ ਹੋਰ ਵੀ ਘਰ ਲੈ ਲਏ ਹੋਏ ਆ ਕਾਫੀ ਮਹਿੰਗੇ ਉਹਨਾਂ ਕਮਰਿਆਂ 'ਚ ਫਿਰ ਜਿਹੜਾ ਵੀ ਕੋਈ ਲੋੜਵੰਦ ਆਉਂਦੇ ਆ ਬੱਚੇ ਜਿਹਨਾਂ ਦਾ ਕੋਈ ਰਿਹਾਇਸ਼ ਨਹੀਂ ਹੁੰਦੀ ਉੱਥੇ ਉਹ ਰਹਿੰਦੇ ਆ ਜਿੰਨੀ ਕੁ ਜਗ੍ਹਾ ਰਹਿ ਸਕਦੀ ਫਿਰ ਕੰਮ ਕਰ ਮਿਲ ਜਾਂਦੇ ਚਲੇ ਜਾਂਦੇ ਆ ਉਹਨਾਂ ਨੇ ਇਹ ਦੱਸਿਆ ਬਈ ਇਹ ਗੱਲ ਜੇ ਅਸੀਂ ਕਰਦੇ ਹਾਂ ਜ਼ਰੂਰੀ ਆ ਸਾਰਿਆਂ ਨੂੰ ਬੇਨਤੀ ਕਰਨ ਵਾਲੀ ਉੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਬੀਅਰ ਦੀਆਂ ਬੋਤਲਾਂ ਮਿਲੀਆਂ ਸਫਾਈ ਵੀ ਨਹੀਂ ਕਰਕੇ ਜਾਂਦੇ ਸੋ ਬੇਨਤੀ ਆ ਸਾਰਿਆਂ ਨੂੰ ਆਪਾਂ ਅੱਗੇ ਵੀ ਕਹਿੰਦੇ ਸੀ ਲਾਸਟ ਟਾਈਮ ਵੀ ਕਿਹਾ ਸੀ ਵੀ ਲੋੜਵੰਦਾਂ ਦੇ ਵਾਸਤੇ ਇਹ ਰਿਹਾਇਸ਼ਾਂ ਹੁੰਦੀਆਂ ਲੋੜ ਵਾਸਤਾਂ ਦੇ ਵਾਸਤੇ ਲੰਗਰ ਹੁੰਦੇ ਆ ਇਹਦੇ 'ਚ ਨੁਕਸ ਕੱਢਣ ਦੀ ਵਿਆਹ ਜਾਂ ਕਮੇਟੀਆਂ ਮਿਸਅੰਡਰਸਟੈਂਡਿੰਗ ਕੋਈ ਸੇਵਾ ਆਧਾਰ ਸੇਵਾ ਕੋਈ ਵੀ ਕਰ ਸਕਦਾ ਜਦੋਂ ਕੋਈ ਕੰਮ ਨਹੀਂ ਮਿਲਦਾ ਸੇਵਾ ਜ਼ਰੂਰ ਕਰਿਆ ਕਰੋ ਬੇਨਤੀ ਆ ਸੇਵਾਦਾਰਾਂ ਦੀ ਹਮੇਸ਼ਾ ਹੀ ਘਾਟ ਰਹਿੰਦੀ ਹੈ ਇਹਨਾਂ ਦੇ ਅਸਾਂ 'ਚ ਜੀ ਸੇਵਾ ਜ਼ਰੂਰੀ ਆ ਸੇਵਾ ਕਰਕੇ ਹੀ ਲੰਗਰ ਛਕਣ ਦੇ ਵਿੱਚ ਜੋ ਤੁਹਾਨੂੰ ਪ੍ਰਾਪਤੀ ਮਿਲਦੀ ਸਕੂਨ ਮਿਲਦਾ ਉਹਦੇ ਨਾਲ ਦੀ ਰੀਸ ਨਹੀਂ ਅਸੀਂ ਆਪ ਦੇਖ ਚੁੱਕੇ ਪਰ ਜੇ ਤੁਸੀਂ ਆਪਾਂ ਨੁਕਸ ਕੱਢੀ ਉਹ ਵੀ ਪਤਾ ਕੀ ਕੁਛ ਹੁੰਦਾ ਆ ਅਤੇ ਫਿਰ ਤੁਸੀਂ ਇਹ ਦੇਖਿਆ ਵੀ ਜੇ ਰਿਹਾਇਸ਼ ਦੇ ਵਿੱਚ ਆ ਕੇ ਰਹਿ ਕੇ ਇੱਦਾਂ ਦੀਆਂ ਮਹਿੰਗੀਆਂ ਚੀਜ਼ਾਂ ਤੁਸੀਂ ਨਸ਼ੇ ਵਾਲੀਆਂ ਪੀਂਦੇ ਆ ਜਾਂ ਬਾਹਰ ਵਰਤਦੇ ਆ ਜਿੱਦਾਂ ਹੁਣ ਆਪਾਂ ਦੇਖ ਰਹੇ ਕੈਨੇਡਾ ਦੇ ਵਿੱਚ ਵੀ ਕਨੇਡਾ ਜਾਂ ਹੋਰ ਕਿਤੇ ਵੀ ਜਿਹੜੀ ਡੈਥਸ ਵੀ ਹੋ ਰਹੀਆਂ ਉਹ ਮੇਰਾ ਖਿਆਲ ਆ ਵੀ ਜੇ ਇਹਨਾਂ ਦੀ ਕੋਈ ਨਵਦੀਪ ਪੰਜਾਬ ਵੱਲੋਂ ਜਾਂ ਕੈਨੇਡਾ ਵੱਲੋਂ ਰਲ ਕੇ ਕਮੇਟੀ ਬਣਾ ਕੇ ਐਨਾਲਿਸਿਸ ਕੀਤਾ ਜਾਵੇ ਕੋਈ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜ਼ਰੂਰ ਨਿਕਲੂਗਾ ਵੀ ਇੱਦਾਂ ਦੇ ਤਣਾਅ ਦੇ ਵਿੱਚ ਜਾਂ ਤਾਂ ਇਹ ਕੋਈ ਡਰੱਗ ਯੂਜ਼ ਕਰਦੇ ਆ ਜਾਂ ਕੋਈ ਇਹ ਇੱਦਾਂ ਦੀਆਂ ਚੀਜ਼ਾਂ ਯੂਜ਼ ਕਰਦੇ ਆ ਜਿਹਦੀ ਕਿ ਆਏ ਦਿਨ ਜੰਗ ਯੂਥ ਦੀਆਂ ਬੱਚਿਆਂ ਦੀਆਂ ਡੈਥ ਹੋ ਰਹੀਆਂ ਇੱਕ ਬਹੁਤ ਹੀ ਸੈਡ ਆ ਅਤੇ ਅਸੀਂ ਬੇਨਤੀ ਕਰਦੇ ਹਾਂ ਆਸਟ੍ਰੇਲੀਆ ਦੇ ਗਲੈਨਵੁੱਡ ਗੁਰਦੁਆਰਿਆਂ ਵੱਲੋਂ ਵੀ ਕਮੇਟੀ ਵੱਲੋਂ ਵੀ ਅਤੇ ਚਾਹੇ ਕੋਈ ਵੀ ਹੋਵੇ ਕਮੇਟੀਆਂ ਬਦਲਦੀਆਂ ਵੀ ਰਹਿੰਦੀਆਂ ਪਰ ਗੁਰੂ ਘਰ ਨੂੰ ਗੁਰੂ ਘਰ ਸਮਝਦੇ ਹੋਏ ਆਪਣਾ ਜਿੰਨਾ ਕੁ ਰਹਿਣ ਬਸੇਰਾ ਮਿਲਦਾ ਆ ਉਹਨੂੰ ਸਹੀ ਤਰੀਕੇ ਨਾਲ ਸੇਵਾ ਕਰਕੇ ਨਿਭਾ ਲਓ ਪਰ ਹਾਂ ਜਿਹੜੀਆਂ ਗੱਲਾਂ ਆ ਤੁਸੀਂ ਵੀ ਉੱਥੋਂ ਖਾਲੀ ਬੋਤਲਾਂ ਵੀ ਮਿਲੀਆਂ ਤੁਹਾਨੂੰ ਫੋਟੋ ਵੀ ਅਸੀਂ ਦਿਖਾ ਸਕਦੇ ਹਾਂ ਪਰ ਅਸੀਂ ਨਹੀਂ ਲਈਆਂ ਹਾਲੇ ਹੈਗੇ ਆ ਪਰੂਫ ਪੂਰੇ ਇੱਦਾਂ ਹੀ ਬੀਅਰ ਦੀਆਂ ਬੋਤਲਾਂ ਵੀ ਉਹ ਕਲੀਨ ਵੀ ਨਹੀਂ ਕਰਕੇ ਜਾਂਦੇ ਸੋ ਬੜਾ ਇਹ ਹਾਰਡ ਕੰਮ ਹੋਣ ਜਾ ਰਿਹਾ ਹੋਰ ਵੀ ਗੱਲਾਂ ਇੱਦਾਂ ਦੀਆਂ ਹੋਈਆਂ ਵੀ ਉੱਥੇ ਦੇ ਪਹਿਲਾਂ ਫੋਨ ਹੁੰਦੇ ਸੀਗੇ ਲੈਂਡਲਾਈਨ ਉਹ ਗਲਤ ਪਾਸੇ ਨੂੰ ਯੂਜ ਹੋਏ ਬਹੁਤ ਸਾਰੀਆਂ ਇੱਦਾਂ ਦੀਆਂ ਹੁੰਦੀਆਂ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਮੇਟੀਆਂ ਨੂੰ ਵੀ ਸਾਰਿਆਂ ਨੂੰ ਗੁਰੂ ਘਰਾਂ ਨੂੰ ਸਾਰੇ ਕਮੇਟੀ ਵੀ ਅਲਕੋਹਲ ਜਾਂ ਇੱਦਾਂ ਦੀਆਂ ਚੀਜ਼ਾਂ ਇੱਥੇ ਥੈਂਕਸ ਜੀ ਬਿਲਕੁਲ ਤਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਘਰਾਂ ਦੇ ਵਿੱਚ ਜਾਣ ਦੇ ਲਈ ਉੱਥੇ ਰਹਿਣ ਦੇ ਲਈ
पाठ करन दे लई सिमरन करन दे लई बहुत सारियां मर्यादावां हुंदियां ने। एक मर्यादा दे विच रह के असीं उत्थे जांदे आं, मत्था टेकदे आं, नतमस्तक हुंदे आं, लंगर छकदे आं। जे असीं उत्थे रहना भी चाहिए तां सानूं रहन दे लई भी एक कमरा मिल जांदा है, पर उत्ते ही जाके जे असीं मर्यादा तो उल्ट चलांगे तां उह साडे लई ही गलत होवेगा। तां अजिहे दे विच जिन्ने भी दर्शक साडे सुन रहे ने, जिन्ने भी दर्शक साडे वेख रहे ने, वो असी सारे ही बच्चों नू घरां दे विच सिखाउंदे आ कि गुरु घर किवें चाहिंदा। जदों बहुत छोटा बच्चा हुंदा, जदों असी उहनू समझ भी आउण लगदी, जदों उहनू सिर्फ इन्ना पता हुंदा कि हाँ एक गुंबद दे आकार दा एक गुरु घर हुंदा, तां उह बच्चा ऑटोमैटिक देख के वाहिगुरु कहिंदा जां हथ जोड़ के नतमस्तक हुंदा है, या उहनू पता लग जांदा कि गुरु घर है। उदों तों लै के असी उहनां नू सिखाउणा शुरू कर दिंदे आ कि गुरुद्वारे जाणा, मत्था टेकणा, पाठ करना, सिमरन करना, वाहिगुरु बोलणा। पर अजिहे बरतांत जदों वापर जांदे ने तां उदों दिल नूं बहुत ज़्यादा दुख पहुँचदा है कि साडी ही पीढ़ी साडी ही जम्मे जाए। ये किदां दा कुछ है गुरु घरां दे विच करदे हुए नज़र आउंदे ने, पर जदों अजिहियां ते सख्ताई वरती जाती है तां उह वीडियो बनाउणियां शुरू कर देंदे ने, वीडियो वायरल कर देंदे ने। ते जदों अजिहे थावां ते जदों तुसीं अजिहा कुछ करोगे तां सख्ताई नहीं वरती जाएगी तां होर की होवेगा, तां तुसीं की कहना चाहोगे? बिल्कुल जी, जे हुण असीं आपां इत्थे ग्लोबल पंजाब ते साडे सारे देखण वाले बहुत जाणू आ, कमेटियां दे भी बहुत सारे बंदे रह चुके आ पुराने इत्थे, जदों इत्थे दा लॉ जां ऑर्डर देखदे आ, जदों असीं देखदे आ बाहर किते काम करदे आ, बस च बहिंदे आ, ट्रेन च बहिंदे आ, बड़ा वधिया असीं फॉलो करदे आ, किसे नाल लड़ाई झगड़ा नहीं, सारा सही रहिंदे आ। जदों असीं गुरु घर दे विच आ जांदे आ, उह अपणियां उही लागवां ਉਹੀ ਮਤਲਬ ਉਹ ਕੱਢਦੇ ਆ ਗੱਲਾਂ ਵੀ ਜਿੱਥੇ ਨੁਕਸ ਵੀ ਇੱਕ ਦੂਜੇ ਦੀ ਓਪੋਜੀਸ਼ਨ ਦਾ, ਪਰ ਜਦੋਂ ਅਸੀਂ ਜਿੱਥੇ ਕਰਦੇ ਹਾਂ ਉੱਥੇ ਹਰੇਕ ਨਾਲ ਫਰੈਂਡਲੀ ਆ, ਵੱਖ ਵੱਖ ਤਰ੍ਹਾਂ ਦੇ ਇਹਨਾਂ ਦੇਸ਼ਾਂ 'ਚ ਲੋਕ ਹਰੇਕ ਦੇਸ਼ਾਂ ਦੇ ਆਏ ਹੋਏ ਆ, ਇਸੇ ਕਰਕੇ ਇਹਨੂੰ ਮਲਟੀ ਕਲਚਰਲਿਜ਼ਮ ਬਹੁ ਭਾਂਤੀ ਸੱਭਿਆਚਾਰ ਬਹੁਤ ਸਾਰਾ ਅਸੀਂ ਕਹਿੰਦੇ ਹਾਂ, ਥੱਕਦੇ ਨਹੀਂ ਵੀ ਬਾਹਰ ਜਾ ਕੇ ਬਹੁਤ ਸਾਰੇ ਲੋਕ ਸਿਆਣੇ ਹੋ ਗਏ ਆ, ਬਹੁਤ ਸਾਰਾ ਹੋ ਗਿਆ, ਪਰ ਕਿਸ ਕਿਸੇ ਵੇਲੇ ਸਾਨੂੰ ਆਪੋ ਹੀ ਲੱਗਦਾ ਆ ਵੀ ਉਹ ਜਿਹੜਾ ਬਾਹਰ ਜਿਹੜਾ ਤੁਹਾਡੇ ਵੈਟੀਕਨ ਤੋਂ ਜਾਂ ਆਪਣੇ ਕਾਲ ਤਖਤ ਸਾਹਿਬ ਤੋਂ ਜਾਂ ਉੱਥੇ ਦੀਆਂ ਸਰ ਪ੍ਰਮਾਣਿਤ ਜਥੇਬੰਦੀਆਂ ਜਿਹੜੀਆਂ ਹੋਣ ਜਾਂ ਉਹਨਾਂ ਕੋਲ ਪ੍ਰਮਾਣਿਤ ਹੋਏ ਜੋ ਸਾਡੇ ਕਾਮਨ ਸੈਂਸ ਆ, ਜੇ ਉਹਨੂੰ ਵਰਤ ਕੇ ਅਸੀਂ ਤਾਂ ਕੁਛ ਕਹਿਣ ਜੋਗੇ ਇੰਨੇ ਹੈ ਨਹੀਂ ਗੇ, ਪਰ ਸਾਰੇ ਜਿਹੜੇ ਬਾਹਰ ਜਿੰਨੇ ਜਿੰਨੇ ਕਾਫੀ ਮੁਖੀ ਮੁਖੀ ਜਾਂ ਹੋਰ ਵੀ ਆਏ ਹੋਏ ਆ, ਉਹ ਅਪਗ੍ਰੇਡ ਕਰਦੇ ਰਹਿਣ ਐਵਰੀ ਟਾਈਮ ਪੇ ਸਰ ਪ੍ਰਮਾਣਿਤ ਨਾ ਆਪਣੇ ਆਪ ਨਹੀਂ ਹੋਰ ਤਰ੍ਹਾਂ ਦਾ ਵੀ ਉਹ ਜਿੱਦਾਂ ਇੱਥੇ ਲਾਅ ਆ ਖੋਲਿਆ ਇਹੀ ਗੋਰਿਆਂ ਨੇ, ਨਵਦੀਪ ਦੇਖਿਆ ਜਾਵੇ ਆਪਣੀ ਉੱਥੇ ਸ਼੍ਰੋਮਣੀ ਕਮੇਟੀ ਬਣਾ ਕੇ ਉਸੇ ਤਰ੍ਹਾਂ ਦਾ ਸਿਸਟਮ ਇਹਨਾਂ ਦਾ ਇੱਥੇ ਆ, ਉਹੀ ਗੋਰਿਆਂ ਦਾ ਰਾਜ ਆ ਜਿਹਦੇ ਵਿੱਚ ਅਸੀਂ ਇੱਧਰ ਆ ਕੇ ਕਰਦੇ ਹਾਂ, ਉਹੀ ਡੈਮੋਕਰੇਸੀਆਂ ਆ, ਉੱਦਾਂ ਦੀਆਂ ਕਮੇਟੀਆਂ ਆ, ਪਰ ਅਸੀਂ ਧੜੇ ਬਣਾ ਬਣਾ ਕੇ ਅਸੀਂ ਤਾਂ ਅੰਦਰ ਲੜਨ ਲੱਗ ਪੈਂਦੇ, ਬਾਹਰ ਅਸੀਂ ਸਹੀ ਹੋ ਜਾਂਦੇ ਹਾਂ। ਫਿਰ ਅਸੀਂ ਇਹ ਵੀ ਦੇਖਿਆ ਨਵਦੀਪ ਇੱਥੇ ਬਹੁਤ ਸਾਰੇ ਰਹਿੰਦੇ ਹਾਂ ਅਤੇ ਵੀ ਤਿੰਨ ਤਿੰਨ ਚਾਰ ਚਾਰ ਲੱਖ ਡਾਲਰ ਕੋਟਾਂ 'ਚ ਇੱਥੇ ਲੱਗ ਜਾਂਦੇ ਕਈ ਵਾਰੀ, ਉਹਨੇ ਦਾ ਗੁਰਦੁਆਰਾ ਵੀ ਨਹੀਂ ਕਈ ਵਾਰੀ ਹੁੰਦਾ, ਸ਼ੁਰੂ ਵੀ ਨਹੀਂ ਹੋਇਆ ਹੁੰਦਾ, ਆਹ ਪੁਰਾਣੇ ਇੱਕ ਦੂਜੇ ਦੇ ਜਿੱਦਾਂ ਨਾ ਮੁੜ ਕੇ ਉਹ ਫਿਰ ਜੱਜ ਜਾਂ ਹੋਰ ਸਾਰੇ ਜਿੰਨੇ ਵੀ ਉਹ ਇਹੀ ਕਹਿੰਦੀਆਂ ਸਰਕਾਰਾਂ ਕਿ ਤੁਸੀਂ ਬੈਠ ਕੇ ਨੈਗੋਸ਼ੀਏਸ਼ਨ ਕਰ ਲਓ, ਐਂਡ ਆਫ ਦੀ ਡੇ ਫਿਰ ਨੈਗੋਸ਼ੀਏਸ਼ਨ ਹੋ ਜਾਂਦੀ ਆ, ਕਿਉਂ ਨਾ ਪਹਿਲਾਂ ਹੀ ਭਾਈਚਾਰਕ ਸਾਂਝ ਕਿਛ ਸੁਣੀਆਂ ਕਿਛ ਕਹੀਆ ਵਾਲੀ ਗੱਲ ਆ, ਕਈ ਵਾਰੀ ਉਚਾਰਨ 'ਚ ਸਾਡੇ ਤੋਂ ਗਲਤੀ ਹੋ ਜਾਵੇ ਮਾਫ਼ੀ ਚਾਹੁੰਦੇ ਹਾਂ, ਪਰ ਇੰਟਰਨੈਟ ਦੀ ਵੀ ਕਈ ਵਾਰੀ ਹੋ ਜਾਂਦੀ ਆ ਗਲਤੀ, ਇਸ ਕਰਕੇ ਗੁਰਬਾਣੀ ਅਸੀਂ ਨਹੀਂ ਪੜ੍ਹਨ ਜੋਗੇ ਇੰਟਰਨੈਟ ਦੇ ਉੱਤੇ, ਪਰ ਫਿਰ ਵੀ ਬਹੁਤ ਸਾਰਾ ਇੱਦਾਂ ਦਾ ਆ ਵੀ ਅਸੀਂ ਆਪ ਵੀ ਫੋਲੋ ਸਾਨੂੰ ਕਰਨਾ ਪੈਣਾ, ਕਮੇਟੀਆਂ ਨੂੰ ਵੀ ਤਾਲਮੇਲ ਬਣਾਉਣਾ ਪੈਣਾ, ਸੰਗਤਾਂ ਨੂੰ ਵੀ ਬਣਾਉਣਾ ਪੈਂਦਾ ਆ, ਅਤੇ ਇੱਦਾਂ ਹੀ ਜਿਹੜੇ ਨਵੇਂ ਆਉਂਦੇ ਬੱਚੇ ਆ ਉਹਨਾਂ ਵਾਸਤੇ ਹਰੇਕ ਗੁਰੂ ਘਰ ਨੂੰ ਡਰਾਈ ਰਸਤ ਵੀ ਮਿਲਦੀ ਆ, ਰਿਹਾਇਸ਼ ਦਾ ਪ੍ਰਬੰਧ ਵੀ ਹੁੰਦਾ, ਕੰਮਾਂ 'ਤੇ ਲਵਾਉਣ ਦਾ ਲਿੰਕ ਵੀ ਹੁੰਦਾ, ਇਹ ਸਾਡਾ ਇੱਕ ਲਿੰਕ ਆ, ਇਹ ਸਾਡਾ ਧੁਰਾ ਆ ਸਾਰੀ ਕਮਿਊਨਿਟੀ ਦਾ, ਉੱਥੋਂ ਫਿਰ ਗੇਮਾਂ ਵੀ ਸ਼ੁਰੂ ਹੁੰਦੀਆਂ, ਉੱਥੋਂ ਖੇਡਾਂ, ਉੱਥੋਂ ਸਾਰਾ ਕੁਛ ਸ਼ੁਰੂ ਹੋ ਜਾਂਦਾ। ਸੋ ਅਸੀਂ ਇਸ ਬੇਨਤੀ ਕਰਦੇ ਹਾਂ ਅਸੀਂ ਗਲੋਬਲ ਪੰਜਾਬ ਦੇ ਇਸ ਪਲੈਟਫਾਰਮ ਤੋਂ ਵੀ, ਗੁਰੂ ਘਰਾਂ ਦੀ ਕਮੇਟੀਆਂ ਵੱਲੋਂ ਵੀ, ਜਿੱਥੋਂ ਤੱਕ ਵੀ ਆ ਉਹ ਜਿੰਨਾ ਵੀ ਸਾਰੇ ਚਾਹੁੰਦੇ ਹੁੰਦੇ ਆ ਵੀ ਆਪਸੀ ਥੋੜ੍ਹੀ ਜਿਹੀਆਂ ਰੰਜਿਸ਼ਾਂ ਨੂੰ ਪਿੱਛੇ ਰੱਖਦੇ ਹੋਏ ਇਹ ਗੱਲਾਂ ਦਾ ਜ਼ਰੂਰ ਧਿਆਨ, ਜਿਹੜੇ ਨਵੇਂ ਆਉਂਦੇ ਖਾਸ ਕਰਕੇ ਉਹ ਜ਼ਰੂਰ ਧਿਆਨ ਰੱਖਣ ਵੀ ਉੱਥੇ ਸੇਵਾ ਭਾਵਨਾ ਦੇ ਨਾਲ, ਜ਼ਰੂਰੀ ਆ ਸੇਵਾ ਕਰਨੀ, ਜਿੰਨਾ ਚਿਰ ਕੰਮ ਨਹੀਂ ਮਿਲਦਾ ਸੇਵਾ ਕਰੋ ਰਹੋ, ਕੋਈ ਕਮੇਟੀਆਂ ਕੁਛ ਨਹੀਂ ਕਹਿੰਦੀਆਂ। ਅਸੀਂ ਵੀ ਇੱਦਾਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਜਦੋਂ ਕਿਤੇ ਹੋਰ ਕਿਤੇ ਇੰਟਰਵਿਊ ਦੇਣ ਜਾਂਦੇ, ਚੰਡੀਗੜ੍ਹ ਜਾਂਦੇ, ਕਿਤੇ ਜਾਂਦੇ ਸੀ, ਕਈ ਵਾਰੀ ਉੱਥੇ ਰਹਿ ਲੈਂਦਾ ਬੰਦਾ, ਕੋਈ ਗੱਲ ਨਹੀਂ ਹੈਗੀ। ਸੋ ਇਹ ਇੱਕ ਜ਼ਰੂਰੀ ਬੇਨਤੀ ਸੀ ਗੁਰੂ ਘਰਾਂ ਨੂੰ, ਵੈਸੇ ਹੀ ਸਾਰੇ ਕੈਨੇਡਾ ਅਮੈਰੀਕਾ ਸਾਰੇ ਇਹ ਹੋਈ ਜਾ ਰਿਹਾ ਵੀ ਜਿਹੜਾ ਵੀ ਜਿੰਨਾ ਵੀ ਆਪਸੀ ਭਾਈਚਾਰਕ ਸਾਂਝ ਰੱਖ ਕੇ ਇਹਨਾਂ ਲੋਕਾਂ ਨੂੰ ਬਾਹਰ ਆਪਾਂ ਦਿਖਾਈ ਜਾਵੇ ਅਤੇ ਉਹਦੇ ਵਿੱਚ ਹੀ ਜਿਹੜੀ ਆਪਣੀ ਚੜ੍ਹਤ ਬਣੀ ਉਹ ਬਰਕਰਾਰ ਰਹਿ ਸਕਦੀ।
जी बिल्कुल करनाल सिंह जी, गल सिखी की तुरी है, गल सिख कम्यूनिटी की तुरी है, तो मैं लगता है कि यह गल भी करनी बनती है कि असं कह रहे हैं कि पंजाब दे विच बहुत सारा तबका साडा ही सिख भाईचारा ईसाई भाईचारे दे विच कन्वर्ट हो रहा है कि ईसाई धर्म उन्होंने अपने वाल खिंच रहा, तो बहुत वड्डे कारण ने उन्हां वल्लों चंगे स्कूल चंगे हस्पताल बनाए जा रहे हैं जिथे वह बच्चों को फ्री एजुकेशन दे रहे हैं, स्कूलों के ही उन्होंने चर्च बना रखे ने तो उत्थे उन्हां दे धर्म बारे बच्चों दस्या जाता, तो मैं लगता कि साढ़े बच्चे जड़े उन्ना साडे धर्म तो वाकिफ नहीं होणगे जिन्ना उन्होंने ईसाई धर्म बारे ज्ञान होएगा कि कौन ने कितों आए ने कौन इन्हों का गुरु है, तो थोनू नहीं लगता कि कितने ना कि साड़ी श्रोमणी कमेटी है जी उन्हों तो बहुत वड्डी घाट है रह गई है, तो उन्होंने भी स्कूल कॉलेज इदा के खोलने चाहिए ने, सिख प्रचारक उन्हों तनखाह वाधा करना चाहिए, उन्होंने दीवान लगवाने चाहिए ने, जगह जगह पर कैंप लगाने चाहिए ने, ताकि साडे बच्चों कम से कम रहत मर्यादा का तो ज्ञान होना चाहिए ही है ना। ਤੁਸੀਂ ਹੁਣ ਇਹ ਗੱਲ ਲੰਬੀ ਹੋ ਜਾਣੀ, ਆਪਣੀਆਂ ਹੋਰ ਵੀ ਆ ਗਈਆਂ ਸੀਗੀਆਂ ਸ਼ੇਅਰ ਕਰਨ ਵਾਲੀਆਂ ਨਿਊਜ਼, ਤੇ ਉਹ ਗੱਲ ਇਦਾਂ ਹੀ ਆ ਜੀ ਬਿਲਕੁਲ, ਜਿਹੜਾ ਸਿਸਟਮ ਆਪਾਂ ਕਹਿ ਰਹੇ ਨਾ ਗੋਰਿਆਂ ਨੇ ਉਸ ਵੇਲੇ ਦਿੱਤਾ ਉਹਦੇ ਫਿਰ ਅਸੀਂ ਮਿਸਯੂਜ਼ ਕਰਦੇ ਹਾਂ, ਉਸ ਵੇਲੇ ਦੀਆਂ ਰਾਜਸੀਕਰਨ ਜਿਹੜਾ ਹੋ ਗਿਆ ਨਾ ਜ਼ਿਆਦਾ, ਜਦੋਂ ਪਾਵਰ 'ਚ ਆਉਂਦੇ ਆ ਜਿਹੜਾ ਬੰਦਾ ਪਾਵਰ 'ਚ ਆਉਂਦਾ, ਇੱਥੇ ਵੀ ਥੋੜ੍ਹਾ ਇੱਦਾਂ ਹੀ ਨਵਦੀਪ ਹੋਣ ਜਾ ਰਿਹਾ, ਮੈਂ 'ਚ ਕਹਿਣ 'ਚ ਗੁਰੇਜ ਨਹੀਂ, ਸਾਡੇ ਆਪਣੇ ਵੀ ਕਾਫੀ ਬੰਦੇ ਕਮੇਟੀਆਂ 'ਚ ਵਾਕਿਫ ਵੀ ਹੈਗੇ ਆ, ਪਾ ਜਾਂਦੇ ਆ, ਕੋਈ ਇਦਾਂ ਦਾ ਤਣਾਅ ਹੋ ਜਾਂਦਾ, ਲੰਬੇ ਲੰਬੇ ਸਮੇਂ ਤੱਕ ਇਲੈਕਸ਼ਨ ਹੀ ਨਹੀਂ ਹੁੰਦੀ, ਕੋਈ ਕੇਸ ਚੱਲਦਾ ਕੁਛ ਆ, ਉਹਦਾ ਫਿਰ ਨਜਾਇਜ਼ ਆਪੋਜੀਸ਼ਨ ਨਹੀਂ ਹੁੰਦੀ, ਉਹ ਫਿਰ ਸੰਗਤਾਂ ਦੇ ਵਿੱਚ ਇਦਾਂ ਦਾ ਰੋਸ ਪ੍ਰਗਟ ਹੋ ਜਾਂਦਾ ਜਾਂ ਉਹ ਇਦਾਂ ਦਾ ਪ੍ਰਚਾਰ ਹੋ ਜਾਂਦਾ ਵੀ ਅਸੀਂ ਬੇਨਤੀ ਇਹੀ ਕਰਦੇ ਵੀ ਹੇਟ ਕ੍ਰਾਈਮ ਦੀ ਈਰਖਾ ਦੀ ਆਪਸੇ ਨਾਲ ਤਰਸ਼ਾਲੂ ਤਰਸਾਲ ਭਾਵਨਾ ਨਾ ਹੋਵੇ, ਕਿਸੇ ਨੂੰ ਤ੍ਰਿਸ਼ਨਾ ਨਾ ਹੋਵੇ, ਇਹਨਾਂ ਗੱਲਾਂ ਨੂੰ ਪਾਸੇ ਰੱਖਦਿਆਂ ਵੀ ਭਾਵ ਬ੍ਰਦਰਹੁੱਡ ਵਾਲਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸੰਦੇਸ਼ ਦਿੱਤਾ ਆ ਸਾਂਝੀਵਾਲਤਾ ਦਾ, ਇੱਦਾਂ ਜੇ ਚੱਲਿਆ ਜਾਵੇ ਤਾਂ ਠੀਕ ਆ, ਪਰ ਜਿਹੜੀ ਤੁਸੀਂ ਗੱਲ ਕੀਤੀ ਆ ਅਸੀਂ ਕਮੇਟੀ ਨੂੰ ਮਾੜਾ ਤਾਂ ਨਹੀਂ ਕਹਿ ਸਕਦੇ, ਸ਼੍ਰੋਮਣੀ ਕਮੇਟੀ ਉਹਨਾਂ ਨੇ ਬਣਾਈ ਵਧੀਆ ਕੀਤਾ ਸਾਰਾ ਕੁਛ ਵਧੀਆ ਗਾ, ਪਰ ਜਿਹੜੀ ਉਹਦੀ ਮਿਸਮੈਨੇਜਮੈਂਟ ਹੋ ਰਹੀ, ਜਦੋਂ ਇੱਕ ਪਾਵਰ ਕੋਈ ਆ ਜਾਂਦੀ ਆ ਉਹਨੂੰ ਇੱਕੋ ਹੀ ਬੰਦਾ ਯੂਜ਼ ਕਰੇ ਉਹ ਡਿਕਟੇਟ ਕਰਦਾ ਆ, ਜਦਕਿ ਸਾਨੂੰ ਸਿਧਾਂਤ ਤਾਂ ਸੀਗਾ ਵੀ ਇਹ ਪੰਜ ਪੁਰਖੀ ਲੀਡਰਸ਼ਿਪ ਦਾ ਪੰਜ ਸੰਗਤੀ ਰੂਪ ਜੇ ਗੁਰੂ ਸਾਹਿਬ ਨੇ ਜਦੋਂ ਸਾਨੂੰ ਦਿੱਤਾ ਪੰਜ ਪਿਆਰਿਆਂ ਦਾ ਵੀ ਇੱਦਾਂ ਹੀ ਪੰਜ ਚੱਲਿਆ ਸੀ, ਉਸੇ ਵੀ ਇੱਕ ਪੁਰਖੀ ਜਾਂ ਇੱਕ ਪਰਿਵਾਰ ਦਾ, ਜਦੋਂ ਕੁਛ ਇੱਕ ਬੰਦਿਆਂ ਦੀ ਮਰਜ਼ੀ ਹੁੰਦੀ ਆ ਵੀ ਫਲਾਨਾ ਪ੍ਰਚਾਰਕ ਆਇਆ ਤਾਂ ਇਹਨੂੰ ਅਸੀਂ ਜ਼ਰੂਰੀ ਬੁਲਾ ਕੇ ਦਿਖਾਉਣਾ ਆ, ਜਦੋਂ ਇਹ ਆ ਜਾਂਦੀ ਦਿਖਾਉਣਾ ਆ, ਦੂਜੇ ਆ ਜਾਂਦੇ ਵੀ ਇੱਦਾਂ ਇੱਦਾਂ ਕਰਕੇ ਸਰ ਪ੍ਰਮਾਣਿਤ ਕਈ ਵਾਰੀ ਨਹੀਂ ਹੈ, ਇੱਦਾਂ ਦਾ ਇੱਕ ਟਾਈਮ ਆ ਚੁੱਕਾ ਆ, ਅਸੀਂ ਨਹੀਂ ਕਹਿੰਦੇ ਕੌਣ ਗਲਤ ਆ ਕੌਣ ਠੀਕ ਆ, ਪਰ ਇਹ ਆਪਣੇ ਧੁਰੋਂ ਜਿੱਥੋਂ ਕਿ ਗੁਰੂਆਂ ਦੀ ਧਰਤੀ ਆ ਉੱਥੇ ਇਹ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ, ਬਾਹਰ ਕਿਉਂ ਆ ਕੇ ਉਹ ਇੱਦਾਂ ਦੀਆਂ ਹੁੰਦੀਆਂ, ਸੋ ਉੱਥੋਂ ਪਹਿਲਾਂ ਰੈਕਗਨਾਈਜ਼ ਕਰਾ ਕੇ ਜਿੱਦਾਂ ਆਪਾਂ ਕਹਿੰਦੇ ਵੀ ਧਾਰਮਿਕ ਕਿਤਾਬਾਂ ਹੁੰਦੀਆਂ ਯੂਨੀਵਰਸਿਟੀਆਂ 'ਚ ਪਾਸ ਹੋ ਗਏ ਟੈਕਸਟ ਹੁੰਦੇ ਆ, ਜਿੱਦਾਂ ਤੁਸੀਂ ਗੱਲ ਕੀਤੀ ਬਾਈਬਲ ਦੀ ਆ, ਉਹਨਾਂ ਦੇ ਟੈਸਟਾਮੈਂਟਸ ਹੈਗੇ ਆ, ਉਹ ਫਿਰ ਵੰਡਦੇ ਆ ਲਿਟਰੇਚਰ ਸਾਰੇ ਉਹ ਵੰਡੇ ਜਾਣ, ਉੱਧਰ ਸਾਡਾ ਬਿਲਕੁਲ ਹੀ ਧਿਆਨ ਹੈ ਨਹੀਂ, ਸਾਰੀਆਂ ਲੈਂਗੁਏਜ ਦੇ ਵਿੱਚ ਚਾਹੀਦਾ ਆ, ਗੁਰੂ ਘਰਾਂ ਨੂੰ ਵੀ ਚਾਹੀਦਾ ਆ, ਇਹ ਇੱਕ ਸਾਡਾ ਗੈਪ ਜਿਹੜਾ ਲੈਕ ਆਫ ਜਿਹੜਾ ਸਮੇਂ ਦੇ ਨਾਲ ਗੈਪ ਪਈ ਜਾਂਦਾ ਨਾ, ਉੱਥੇ ਵੀ ਇਲੈਕਸ਼ਨਾਂ ਨਹੀਂ ਹੁੰਦੀਆਂ ਜਾਂ ਇੱਦਾਂ, ਉਹ ਉੱਦਾਂ ਕਦੇ ਰੁਝਾਨ ਤਕਰੀਬਨ ਕੋਈ ਬਹੁਤਾ ਫਰਕ ਨਹੀਂ, ਇੱਥੋਂ ਅਸੀਂ ਕਹਿੰਦੇ ਰਹੇ ਅਤੇ ਜਿੱਦਾਂ ਫਾਰਮਰਾਂ ਦਾ ਸੀਗਾ ਏਕਤਾ ਕਰੋ ਯੂਨਿਟੀ ਕਰੋ, ਇੱਦਾਂ ਅਸੀਂ ਆਪ ਕਈ ਵਾਰੀ ਕਰਦੇ ਨਹੀਂ, ਦੂਜੇ ਨਾਲ ਜਿਹੜਾ ਮਾੜਾ ਜਿਹਾ ਕੋਈ ਥੋੜ੍ਹਾ ਜਿਹਾ ਮਾੜੀ ਜਿਹੀ ਕੱਚਵਾ ਜਾਂ ਉਹਦੀ ਕੋਈ ਸਿੱਖੀ ਦੀ ਜਾਂ ਕੋਈ ਮਾੜੀ ਜਿਹੀ ਅਗਲੀ ਵਾਰ ਨੂੰ ਭਾਵੇਂ ਉਹਦੀ ਅਗਲੀ ਜਨਰੇਸ਼ਨ ਵਧੀਆ ਸਿੱਖੀ ਚੱਲ ਪਵੇ, ਉਹਨਾਂ ਵੀ ਸਾਰੇ ਕਹਿੰਦੇ ਆ ਜੇ ਉਹ ਕੋਈ ਵਧੀਆ ਚੋਲਾ ਪਾ ਕੇ ਜਾਂ ਵਧੀਆ ਪੁਰਾਤਨ ਸਿੱਖੀ ਨਾਲ ਚੱਲ ਰਿਹਾ ਉਹਨੂੰ ਕਈ ਵਾਰੀ ਉਹਨੂੰ ਉਹ ਕੱਟੜਵਾਦੀ ਕਹਿ ਦਿੰਦੇ ਆ ਜਾਂ ਉਹਨੂੰ ਵਾਹ ਕਹਿ ਕੇ, ਜਿੱਦਾਂ ਪਹਿਲਾਂ ਕਾਂਗਰਸ ਵੇਲੇ ਕਾਫੀ ਸਾਰੇ ਮੁੰਡਿਆਂ ਕਹਿ ਕੇ ਮੁਕਾਬਲਿਆਂ 'ਚ ਜਾਂ ਉਹਨਾਂ ਨੂੰ ਕੱਟੜ ਕਰਕੇ ਜਾਂ ਉਹਨੂੰ ਕੋਈ ਕਿਤਾਬ ਮਿਲ ਗਈ ਅੰਦਰ ਦੇ ਦੇਣਾ, ਜਾਂ ਹੁਣ ਇਹ ਕਹਿੰਦੇ ਆ ਵੀ ਫਲਾਨੀ ਉਹਨੂੰ RSS ਕਰਾਉਂਦੀ ਆ ਆਹ ਕਰਵਾਉਂਦੇ ਆ ਉਹਦੇ ਆ, ਹੁਣ ਇੱਦਾਂ ਆ, ਪਰ ਅਸੀਂ ਆਪਣਿਆਂ ਨੂੰ ਧਿਆਨ ਨਹੀਂ ਮਾਰਦੇ, ਅਸੀਂ ਆਪਣਾ ਲੋਕਲ ਗੁਰਦੁਆਰੇ ਦੇ ਵਿੱਚ ਆਪਣਾ ਜਿੱਦਾਂ ਪਿੰਡ ਹੋਵੇ ਪੰਚਾਇਤ ਨਵਦੀਪ ਉਹ ਇੱਦਾਂ ਦੇਖਣ ਵਾਲੀ ਗੱਲ ਹੀ ਆ ਵੀ ਜਿੱਦਾਂ ਪੰਚਾਇਤ ਦੀ ਇਲੈਕਸ਼ਨ ਵਾਲੇ ਹੁੰਦਾ ਸਾਡੇ ਲੋਕਲ ਕੁਛ ਇੱਦਾਂ ਦਾ ਰੁਝਾਨ ਹੋਇਆ, ਪਰ ਗੁਰੂ ਮਹਾਰਾਜ ਅੱਗੇ ਅਰਦਾਸ ਆ ਸਾਰੇ ਸਾਡੇ ਦੇਖਣ ਵਾਲਿਆਂ ਦਾ ਵੀ ਜਿੰਨਾ ਵੀ ਕਿਸੇ ਦਾ ਹੁੰਦਾ ਆ ਤੁਸੀਂ ਸਾਰੇ ਵੱਡੇ ਹੋ, ਇਹ ਜਿੱਦਾਂ ਆਪਾਂ ਫਾਰਮਰਾਂ ਨੂੰ ਕਹਿੰਦੇ ਹਾਂ ਮਜ਼ਦੂਰਾਂ ਨੂੰ ਕਹਿੰਦੇ ਹਾਂ ਕਿਰਤੀਆਂ ਨੂੰ ਕਹਿੰਦੇ ਸੀ ਉਹ ਸਫਲ ਕੀਤਾ ਤੁਸੀਂ ਮੋਰਚਾ, ਅਸੀਂ ਲੜਾਈ ਨਹੀਂ ਕੀਤੀ ਸ਼ਾਂਤਮਈ ਕੀਤਾ, ਇੱਦਾਂ ਇੱਕ ਯੂਨਿਟੀ ਬਣਾ ਕੇ ਹਰੇਕ ਦੇਸ਼ ਦੇ ਵਿੱਚ ਜਿੱਦਾਂ ਇੱਕ ਪਲੇਨੈਟ ਦੇ ਉੱਪਰ ਆਪਾਂ ਲੈ ਰਹੇ ਹਾਂ ਹੁਣ ਤਾਂ ਜਿੱਦਾਂ ਇੱਕ ਜਹਾਜ਼ ਦੇ ਵਿੱਚ ਬੈਠੇ ਸਾਰੀਆਂ ਸਵਾਰੀਆਂ ਸਹੀ ਹੁੰਦੀਆਂ, ਇਹ ਤਾਂ ਸਾਰੇ ਜਾਣਦੇ ਆ ਆਪਾਂ ਕੁਛ ਨਹੀਂ ਇੰਨੀ ਐਗਜ਼ਾਮਪਲਾਂ ਦੇ ਸਕਦੇ, ਹੁਣ ਇੱਦਾਂ ਕਦਾ ਮਸਲਾ ਆ ਗਿਆ ਵੀ ਬੱਸ ਸਾਰੇ ਬੈਠੇ ਹਾਂ ਡਰਾਈਵਰ ਕਿੱਦਾਂ ਦਾ ਵੀ ਹੋਵੇ, ਆਪਾਂ ਤਾਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਕੋਈ ਵੀ ਹੋਵੇ ਅਸੀਂ ਉੱਥੇ ਸ਼ਾਂਤੀ ਲੈਣੀ,
ਅਸੀਂ ਆਪਣਾ ਸਕੂਨ ਲੈਣ ਜਾਂਦੇ ਹਾਂ ਗੁਰੂ ਘਰ ਚ ਆਪਣੇ ਸਾਨੂੰ ਮਾਣ ਵੀ ਬੜਾ ਸਿੱਖੀ ਦਾ ਵੀ ਅਸੀਂ ਬਹੁਤ ਸਾਰੀ ਦੁਨੀਆਂ ਤੋਂ ਅਲੱਗ ਸਾਨੂੰ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਵਾਰ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਤੇ ਦੁਨੀਆਂ ਤੇ ਪੰਮਾ ਘੱਟ ਗਿਣਤੀ ਦਾ ਤੁਹਾਡਾ ਇਹ ਬਰਕਰਾਰ ਰੱਖਣਾ ਸਾਡਾ ਫਰਜ਼ ਬਣਦਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਅਸੀਂ ਵਧਾਂਗੇ ਅਗਲੀ ਖਬਰ ਵੱਲ ਕਿ ਸਿੱਖ ਯੂਥ ਵੱਲੋਂ 31 ਅਗਸਤ ਨੂੰ ਇੱਕ ਵੈਬੀਨਾਰ ਕਰਵਾਇਆ ਜਾ ਰਿਹਾ ਤੇ ਉਹਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਹਾਂਜੀ ਇਹ ਉਹੀ ਸਿੱਖ ਯੂਥ ਹੈ ਜੀ ਕਾਫੀ ਨੌਜਵਾਨ ਲੋਕਲ ਵੀ ਹੈ ਇਹ ਇੱਥੇ ਦੇ ਬੱਚੇ ਬਾਹਰੋਂ ਵੀ ਆਏ ਹੋਏ ਇੰਗਲੈਂਡ ਤੋਂ ਸਾਰਿਆਂ ਨੇ ਰਲ ਕੇ ਰੱਖਿਆ ਇਨਕਲੂਸਿਵ ਡਾਇਲੋਗ ਅੰਕਲ ਮਿਸਟਰ ਗਲੈਨ ਲੌਰੀ ਇਹਨਾਂ ਦੀ ਇੱਕ ਪਾਰਟੀ ਆ ਉਹਨੂੰ ਉਹ ਕੁਐਸਚਨ ਕਰਨਗੇ ਜਿੱਦਾਂ ਬਹੁਤ ਹੀ ਗੱਲ ਉਹੀ ਆ ਗਈ ਕਮਿਊਨੀਕੇਸ਼ਨ ਦੀ ਕਿਸ ਸੁਣੀਆਂ ਕਿਸ ਕਹੀਏ ਵਾਲੀ ਇਹਦੇ ਵਿੱਚ ਹੈਗੇ ਨੇ ਸਰਦਾਰ ਸੁਖਦੀਪ ਸਿੰਘ ਜੀ ਬਹੁਤ ਵਧੀਆ ਇੱਥੇ ਸਾਡੇ ਇੱਥੇ ਸਿੰਗਰ ਵੀ ਆ ਉਹਨਾਂ ਨੂੰ ਇਨਾਮ ਵੀ ਮਿਲਿਆ ਸੀ ਪੂਰੇ ਰੂਪ ਦੇ ਵਿੱਚ ਆ ਉਹ ਉਹਨਾਂ ਨੇ ਕਿਹਾ ਵੀ 31 ਅਗਸਤ ਨੂੰ ਹੋਣ ਜਾ ਰਿਹਾ ਵੈਬੀਨਾਰ ਇਹਦੇ ਵਿੱਚ ਸਾਰੇ ਜਣੇ ਯੂਥ ਵੀ ਸਾਰੇ ਹਿੱਸਾ ਲੈ ਸਕਦੇ ਆਪਣੀ ਕਮਿਊਨਿਟੀ ਵੱਧ ਤੋਂ ਵੱਧ ਉਹਦੇ ਵਿੱਚ ਅਸੀਂ ਇਹ ਦੱਸਣਾ ਵੀ ਇੱਥੇ ਜਿਹੜਾ ਰੈਫਰੈਂਡਮ ਉਹਦੇ ਵਿੱਚ ਆਪਣੀ ਤੁਸੀਂ ਆਵਾਜ਼ ਦੇਣੀ ਆ ਜਿੱਦਾਂ ਦੀ ਮਰਜ਼ੀ ਚਾਹੇ ਜੈਸ ਨੋ 31 ਅਗਸਤ ਨੂੰ ਜੀ ਟਾਈਮ ਹੈਗਾ 8 ਸ਼ਾਮ ਦਾ ਕਿਊਂਜ਼ਲੈਂਡ ਨਿਊ ਸਾਊਥ ਵੇਲਸ ਵਿਕਟੋਰੀਆ ਤੇ ਕੈਂਬਰੇ ਦਾ ਤੇ 7:30 ਤੋਂ 8:30 ਦਾ ਟਾਈਮ ਹੈਗਾ ਆ ਸਾਊਥ ਆਸਟ੍ਰੇਲੀਆ ਤੇ ਨਾਰਦਰਨ ਟੈਰੀਟਰੀ 6:00 ਤੋਂ 7:00 ਦਾ ਟਾਈਮ ਹੈਗਾ ਜੀ ਪਰਥ ਦਾ ਵੈਸਟਰਨ ਆਸਟ੍ਰੇਲੀਆ ਸੋ ਫਿਊਚਰਿੰਗ ਗੈਸਟ ਉਹਨਾਂ ਦਾ ਇਹੀ ਹੈ ਗਲੈਨ ਲੌਰੀ ਸੋ ਇਹ ਮਿਸ ਨਾ ਕਰਿਓ ਲਿੰਕ ਤੁਹਾਨੂੰ ਆ ਤੁਸੀਂ ਪੋਸਟਰ ਵੀ ਦੇਖ ਲਿਓ ਤੁਹਾਨੂੰ ਲਿੰਕ ਉਹਨਾਂ ਦੀ ਵੈਬਸਾਈਟ ਤੇ ਸਪੈਸ਼ਲ ਵੈਬੀਨਾਰ ਤੇ ਮਿਲ ਜਾਊਗਾ ਇਨਕਲੂਸਿਵ ਡਾਇਲੋਗ ਸਿੱਖ ਯੂਥ ਆਸਟ੍ਰੇਲੀਆ ਦੀ ਸਾਈਟ ਦੇ ਉੱਤੇ ਸੋ ਉਹਨਾਂ ਨੂੰ ਬੇਨਤੀ ਆ ਸਾਰੇ ਜਿਹੜੇ ਰਲ ਕੇ ਇਹਦੇ ਵਿੱਚ ਅਸੀਂ ਲੋਕਲ ਰਹਿੰਦੇ ਹਾਂ ਆਪਣੀ ਆਵਾਜ਼ ਇਕੱਠੇ ਹੋ ਕੇ ਕਿੱਦਾਂ ਵੋਇਸ ਤੁਹਾਡੀ ਆਵਾਜ਼ ਜਾਣੀ ਚਾਹੀਦੀ ਕਿੱਦਾਂ ਦੀ ਹੋਵੇ ਇਹਦੇ ਲਈ ਵੀ ਅੱਜ ਕੱਲ੍ਹ ਇਹਨਾਂ ਗੱਲਾਂ ਦੀ ਓਪਰਚੁਨਿਟੀ ਆ ਸੋ ਇਹ ਬੇਨਤੀ ਪ੍ਰਵਾਨ ਕਰ ਜੀ ਬਿਲਕੁਲ ਤੇ ਇਸ ਤੋਂ ਬਾਅਦ ਅਸੀਂ ਕਰਾਂਗੇ ਉਹ ਖਬਰ ਦਰਸ਼ਕਾਂ ਦੇ ਰੂਬਰੂ ਜਿਸ ਦਾ ਹੁੰਦਾ ਦਰਸ਼ਕਾਂ ਨੂੰ ਬੇਹੱਦ ਇੰਤਜ਼ਾਰ ਕਿ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਤੁਸੀਂ ਇਸ ਵਾਰ ਕਿਹੜੀ ਖਬਰ ਲੈ ਕੇ ਆਇਓ ਹਾਂਜੀ ਇਹ ਜਿਹੜੀ ਆਪਾਂ ਕਹਿ ਰਹੇ ਸੀ ਜੀ ਨਵਦੀਪ ਵੀ ਲਾਸਟ ਈਅਰ ਕਹਿ ਰਹੇ ਸੀ ਵੀ ਵੀਜ਼ਾ ਇਸ ਗਵਰਨਮੈਂਟ ਨੇ ਬਹੁਤ ਫਾਸਟ ਕਰਨਾ ਉਹ ਹੁਣ ਇਸ ਵੀਕ ਤੋਂ ਉਹਨਾਂ ਨੇ ਬਿਲਕੁਲ ਉਸ ਲੈਵਲ ਤੇ ਪਹੁੰਚ ਗਏ ਆ ਜਿਹੜਾ ਬੈਕਲੌਗ ਸੀਗਾ ਕਾਫੀ ਚੱਕ ਦਿੱਤਾ ਗਿਆ ਇਹ ਵਾਲਾ ਜਿਹੜਾ ਵਿਜ਼ਟਰ ਵੀਜ਼ਾ ਜੇ ਕੰਪਲੀਟ ਐਪਲੀਕੇਸ਼ਨ ਹੁੰਦੀਆਂ ਤਾਂ ਉਹਨਾਂ ਵਾਸਤੇ ਆ ਸਬ ਕਲਾਸ 194-90 ਵੀਜ਼ਾ ਲਈ ਆ ਗਿਆ ਓਵਰਆਲ ਵੀਜ਼ਾ ਇਸ਼ੂਡ ਹੋ ਗਿਆ ਕੈਂਡੀਡੇਟ ਮਸਟ ਵੀ 45 ਈਅਰ ਓਲਡ ਆ ਸਟੇਟ ਨੋਮੀਨੇਸ਼ਨ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਫਾਸਟ ਹੋ ਗਿਆ ਅੱਗੇ ਨਾਲੋਂ ਵੀ ਪਾਰਟਨਰ ਵੀਜ਼ੇ ਦਾ ਵੀ ਪ੍ਰੋਸੈਸ ਫਾਸਟ ਹੈ ਅੱਗੇ ਨਾਲੋਂ ਜਿਹੜੇ ਵਿਆਹ ਸ਼ਾਦੀਆਂ ਦੇ ਹੁੰਦੇ ਆ ਇੱਦਾਂ ਵੀਜ਼ਾ ਪ੍ਰੋਸੈਸ ਟਾਈਮ ਵਿਲ ਨਾਉ ਵੀ ਸ਼ੋਰਟਰ ਐਂਡ ਕੁਇਕਰ ਤੁਸੀਂ ਉਹਨਾਂ ਦੀ ਹੋਮ ਫੇਅਰ ਦੀ ਸਾਈਟ 'ਤੇ ਜਾ ਕੇ ਦੇਖੋਗੇ ਬਿਲਕੁਲ ਹੁਣ ਇੱਦਾਂ ਹੋ ਰਿਹਾ ਜੇ ਕੰਪਲੀਟ ਐਪਲੀਕੇਸ਼ਨ ਆ ਤਾਂ ਬਹੁਤ ਛੇਤੀ ਵੀਜ਼ਾ ਲੱਗੂਗਾ ਸਮਝ ਲਓ ਕਿ ਇਹਨਾਂ ਦੇ ਦਰਵਾਜ਼ੇ ਇਹਨਾਂ ਨੇ ਅਨਲੌਕ ਕਰਤੇ ਨਿਊਜ਼ ਤਾਂ ਇੱਥੇ ਇੱਦਾਂ ਹੀ ਚੱਲ ਰਹੀ ਆ ਵੀ ਆਸਟ੍ਰੇਲੀਆ ਨੇ ਅਨਲੌਕ ਕਰਤੇ ਆਪਣੇ ਦਰਵਾਜ਼ੇ ਖੋਲ੍ਹਤੇ ਆ ਸਾਰਿਆਂ ਲਈ ਉਹਦੇ ਵਿੱਚ ਵੀ ਕਾਫੀ ਸਾਰੇ ਵਰਕ ਵੀਜ਼ੇ ਵੀ ਆ ਜਿਹਨਾਂ ਦੇ ਵਿੱਚ ਐਕਸਪੀਰੀਅੰਸ ਵੀ ਤੁਹਾਡਾ ਕਾਊਂਟ ਹੋ ਜਾਣਾ ਡਿਪਲੋਮਾ ਡਿਗਰੀ ਦੀ ਲੋੜ ਨਹੀਂ ਬਹੁਤ ਵੱਡੀ ਲਿਸਟ ਆ ਆਪਾਂ ਇੱਥੇ ਪੜ੍ਹ ਨਹੀਂ ਸਕਦੇ ਪੂਰੀ ਹੋਮ ਅਫੇਅਰ ਦੀ ਸਾਈਟ 'ਤੇ ਜਾ ਕੇ ਤੁਸੀਂ ਆਪਣੇ ਆਪ ਵੀ ਕਹਿੰਦੇ ਹੋ ਵੀ ਜਾਂ ਤੁਸੀਂ ਲੌਜ ਕਰ ਸਕਦੇ ਜਿਹਨਾਂ ਦੀ ਇੰਗਲਿਸ਼ ਜਾਂ ਉਹ ਸਹੀ ਆ ਪਰ ਫਿਰ ਵੀ ਅਸੀਂ ਇੱਥੇ ਤਾਕੀਦ ਕਰਦੇ ਹਾਂ ਵੀ ਕੋਈ ਵੀ ਆਸਟ੍ਰੇਲੀਅਨ ਮਾਈਗ੍ਰੇਸ਼ਨ ਏਜੰਟ ਤੋਂ ਜਿਹੜਾ ਰੈਕੋਗਨਾਈਜ਼ ਹੋਵੇ ਚਾਹੇ ਉਹ ਉੱਥੇ ਵੀ ਹੋਵੇ ਪੰਜਾਬ 'ਚ ਉਹਦੇ ਲੰਬੇ ਪੈਸੇ ਦੇ ਚੱਕਰ ਵਿੱਚ ਜਾਂ ਉਹਦੇ ਲੰਬੇ ਜਾਲ 'ਚ ਫਸਣ ਨਾਲੋਂ ਡਬਲ ਚੈੱਕ ਕਰਕੇ ਤਾਂ ਤੁਸੀਂ ਉਹ ਛੇਤੀ ਤੋਂ ਛੇਤੀ ਆਪਣਾ ਅਸੈਸ ਕਰਵਾ ਸਕਦੇ ਜੀ ਜੀ ਬਿਲਕੁਲ ਅਤੇ ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਜਿਵੇਂ ਤੁਸੀਂ ਦੱਸਿਆ ਕਿ ਵਰਕ ਵੀਜ਼ੇ ਬਹੁਤ ਜ਼ਿਆਦਾ ਨੇ ਇੱਥੇ ਆ ਕੇ ਸਟੂਡੈਂਟਸ ਨੇ ਜਿਹੜੇ ਉਹ ਕੰਮ ਕਾਜ ਵੀ ਲੈ ਸਕਦੇ ਨੇ ਅਤੇ ਜਿਹਨਾਂ ਨੇ ਵਰਕ ਵੀਜ਼ੇ 'ਤੇ ਆਉਣਾ ਉਹਨਾਂ ਨੂੰ ਕੰਮਕਾਜ ਛੇਤੀ ਅਤੇ ਸੁਖਾਲਾ ਵੀ ਮਿਲ ਜਾਵੇਗਾ ਪਰ ਜੇ ਉੱਥੇ ਹੀ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਵਿਸ਼ਵਾਸ ਹੈ ਉਹ ਕੈਨੇਡਾ ਦੇ ਵਿੱਚ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਕੈਨੇਡਾ 'ਚ PR ਛੇਤੀ ਮਿਲ ਜਾਂਦੀ ਆ ਤਾਂ ਹੁਣ ਜਿਹੜੇ ਵੀ ਵਿਦਿਆਰਥੀ ਉੱਥੇ ਗਏ ਹੋਏ ਨੇ ਉਹ ਹਾਲੋ ਬੇਹਾਲ ਹੋਏ ਪਏ ਨੇ ਕਿਉਂਕਿ ਕੰਮ ਕਾਜ ਨਹੀਂ ਮਿਲ ਰਿਹਾ ਰਹਿਣ ਦਾ ਪ੍ਰਬੰਧ ਸੁਖਾਲਾ ਨਹੀਂ ਰਿਹਾ ਬਹੁਤ ਮਹਿੰਗੇ ਘਰ ਉਹਨਾਂ ਨੂੰ ਰਹਿਣ ਲਈ ਮਿਲ ਰਹੇ ਨੇ ਖਾਣ ਪੀਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਹਿੰਗਾਈ ਵੱਧ ਗਈ ਹੈ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਤਾਂ ਬਿਲਕੁਲ ਸਹੀ ਆ ਦੁਨੀਆ 'ਤੇ ਕਿੱਥੇ ਵੀ ਆਸਟ੍ਰੇਲੀਆ 'ਚ ਵੀ ਖਾਸ ਕਰਕੇ ਇਹ ਦੱਸ ਰਿਹਾ ਤੁਹਾਨੂੰ ਮਹਿੰਗਾਈ ਬਹੁਤ ਹੋ ਗਈ ਆ ਡਬਲ ਆ ਜੀ ਤੁਸੀਂ ਜਿੰਨੀ ਕਮਾਈ ਕਰੋਗੇ ਜੇ ਤੁਸੀਂ ਸਾਲ ਦੀ ਕੈਲਕੂਲੇਸ਼ਨ ਕਰੋਗੇ ਜਿਨ੍ਹਾਂ ਦੇ ਪੇਰੈਂਟਸ ਮਾੜੇ ਜਿਹੇ ਵੀ ਰੋਕ ਕੇ ਮੈਥਮੈਟਿਕਸ ਦੇ ਨਾਲ ਕੈਲਕੂਲੇਸ਼ਨ ਕਰਨਗੇ
ਤਾਂ ਉਹ ਉਹਨਾਂ ਦੀ ਕਮਾਈ ਇਸ ਵੇਲੇ ਤਾਂ ਪਰਮਾਨੈਂਟ ਵੀ ਜਿਹੜਾ ਆਉਂਦਾ ਆ ਬੰਦਾ ਉਹਦੇ ਲਈ ਵੀ ਘਰ ਲੈਣੇ ਬਹੁਤ ਮੌਕੇ ਔਖੇ ਹੋ ਰਹੇ। ਲੋਨ ਦੇ ਰੇਟ ਜਿਹੜੇ ਆ ਮੋਰਗੇਜ ਦੇ ਰੇਟ ਬਹੁਤ ਵੱਧ ਚੁੱਕੇ ਵਾ। ਜੇ ਤੁਸੀਂ ਰੈਂਟ ਵੀ ਡਬਲ ਹੋ ਚੁੱਕੇ ਆ, ਜਿਹੜੀਆਂ ਤੁਹਾਡੀਆਂ ਤਨਖਾਹਾਂ ਆ ਉਹ ਰੈਂਟ 'ਚ ਜਾਣਗੀਆਂ। ਸਟੂਡੈਂਟ ਨੇ ਪੜ੍ਹਨਾ ਵੀ ਹੁੰਦਾ, ਘਰਦਿਆਂ ਦਾ ਵੀ ਵਿੱਚੋਂ ਤਣਾਅ ਹੁੰਦਾ, ਕੰਮ ਦਾ ਵੀ ਵਾਰਡਨ ਆ। ਆਪਾਂ ਅੱਗੇ ਵੀ ਦੱਸਦੇ ਆਏ ਹਾਂ ਵੀ ਬੱਸ ਸਰਵਿਸ, ਟ੍ਰੇਨ ਸਰਵਿਸ ਸਾਰਿਆਂ 'ਤੇ ਟਾਈਮ ਬੜਾ ਵੇਸਟ ਹੁੰਦਾ, ਦੂਰ ਦੂਰ ਵੱਡੇ ਵੱਡੇ ਦੇਸ਼ ਆ। ਅਤੇ ਉਸ ਕਿੱਤੇ ਨਾਲ ਸੰਬੰਧਿਤ ਜੇ ਬੱਚੇ ਚਾਹੁੰਦੇ ਵੀ ਮੈਨੂੰ ਜਾ ਕੇ ਚਿੱਟ ਕੱਲ ਦੀ ਜੋਬ ਮਿਲ ਜਾਵੇ, ਜਾਂਦੇ ਬੈਠੇ ਕੁਰਸੀ ਦਾ ਕੰਮ ਮਿਲ ਜਾਵੇ, ਉਹ ਵੀ ਇੱਥੇ ਹੈ ਨਹੀਂ ਗੱਲਾਂ ਹੈ। ਬਿਲਕੁਲ ਉੱਥੇ ਜਾ ਕੇ ਜਿਹੜੇ ਅਸੀਂ ਜਾਂਦੇ, ਜਦੋਂ ਕੋਈ ਬੰਦੇ ਜਾਂਦੇ ਸਾਡੇ ਸੈਰ ਕਰਨ, ਉਦੋਂ ਹੀ ਉਹ ਕੱਪੜੇ ਵਧੀਆ ਪਾਏ ਹੁੰਦੇ ਆ। ਇੱਥੇ ਤਾਂ ਕੰਮ ਬਹੁਤ ਕਰਨਾ ਪੈਂਦਾ, ਫਾਰਮ 'ਚ ਵੀ ਸਾਰੇ ਕਿਤੇ, ਇਹ ਜ਼ਰੂਰ ਮੰਨ ਲਓ ਕਹਿਣਾ ਨਾ। ਇਹ ਤੁਸੀਂ ਜਿਹੜਾ ਜੋ ਹੋਊਗਾ ਪਹਿਲਾਂ ਬਣ ਚੁੱਕਾ, ਜਿਹੜਾ ਪ੍ਰਚਾਰ ਬਣ ਚੁੱਕਾ ਕੈਨੇਡਾ ਦਾ ਗਾਣੇ ਦਾ, ਚੜ੍ਹ ਜਾ ਜਹਾਜ਼ ਅਤੇ ਉੱਤਰ ਦਾ ਜਹਾਜ਼, ਉੱਤਰ ਦੇ ਨੂੰ ਲੈਣ ਦਾ ਲਾਤਾ, ਉਹ ਦਿਖਾ ਦਿਖਾ ਕੇ ਪਿਕਚਰਾਂ 'ਚ ਵੀ ਇੱਦਾਂ ਦੇ ਸਵਰਗ ਦਿਖਾ ਦਿੱਤੇ ਗਏ ਆ। ਕੰਮ ਕਰਦੇ ਹੁਣ ਕਿਤੇ ਮਾੜਾ ਮਾੜਾ ਦਿਸਦੇ ਆ, ਕਿੰਨੇ ਕਿੰਨੇ ਡਿਗਰੀ 'ਚ ਬਰਫ਼ 'ਚ ਜਾਂ ਗਰਮੀ 'ਚ ਕੰਮ ਕਰਨਾ ਪੈਂਦਾ ਆ। ਕੰਮ ਕਰਨ ਜਾਣ ਵਾਸਤੇ ਫਾਰਮ ਲਈ ਕਾਰ ਦੇ ਵੀ ਜ਼ਰੂਰੀ ਬਹੁਤ ਆ, ਬਹੁਤ ਰਿਹਾਇਸ਼ ਦੀ ਵੀ ਪ੍ਰੋਬਲਮ ਆ ਰਹੀ ਆ, ਮਹਿੰਗੀ ਬੜੀ ਰਿਹਾਇਸ਼ ਆ। ਇਹ ਸੋਚ ਕੇ ਕੈਲਕੂਲੇਸ਼ਨ ਕਰਕੇ ਅਸੀਂ ਤਾਂ ਇਹੀ ਕਹਿੰਦੇ ਹੁੰਦੇ ਆ, ਕੀਤਾ ਵਾਰ ਕੋਰਸ ਉੱਥੋਂ ਕਰਾ ਕੇ ਹੀ ਤੁਸੀਂ ਰੁਜ਼ਗਾਰ ਕਿਤੇ ਵੀ ਲੈ ਸਕਦੇ ਆ। ਸੋਚਣਾ ਤਾਂ ਇਹੀ ਬਣਦਾ, ਜਾਂ ਫਿਰ ਜਿਹੜੇ ਹੌਟ ਸਬਜੈਕਟ ਚੱਲਦੇ ਪਏ ਜਿਹਦੇ ਵਿੱਚ ਤੁਹਾਨੂੰ ਰੈਲੇਵੈਂਟ ਐਕਸਪੀਰੀਅੰਸ ਹੋਵੇ, ਉਸ ਹੀ ਕਿੱਤੇ ਦਾ ਤੁਸੀਂ ਉਹ ਜੋਬ ਕਰ ਸਕੋ, ਤਾਂ ਕਿਤੇ ਬਾਹਰ ਘਰੋਂ ਪੈਰ ਸਟੈਪ ਚੱਕਣ ਦੀ ਗੱਲ ਆ। ਅਸੀਂ ਮੁੜ ਉਹੀ ਤਕੀਦ ਕਰਦੇ ਹਾਂ, ਇੱਥੇ ਦੇ ਕਿੱਤੇ ਜਿਹਨਾਂ ਦੀ ਹਾਇਸਟ ਡਿਮਾਂਡ ਆ ਉੱਥੇ ਹੀ ਉਹਦਾ ਐਕਸਪੀਰੀਅੰਸ ਕਰ ਲਓ, ਕਿਸੇ ਤੋਂ ਸਿੱਖ ਲਓ। ਬਿਲਡਿੰਗ ਆ, ਫਿਟਰ ਹੈਗੇ ਆ, ਜਾਂ ਕੰਸਟਰਕਸ਼ਨ ਨਾਲ ਸੰਬੰਧਿਤ ਕੰਮ ਹੈਗੇ ਆ, ਪਰ ਉਹ ਵੀ ਤੁਹਾਨੂੰ ਨਵੇਂ ਸਿਰਿਓਂ ਇੱਥੋਂ ਆ ਕੇ ਨਵੀਂ ਟ੍ਰੇਨਿੰਗ ਲੈਣੀ ਪੈਣੀ ਹੀ ਹੈ, ਚਾਹੇ ਸਿਵਲ ਇੰਜੀਨੀਅਰਿੰਗ ਆ ਚਾਹੇ ਆਈ ਟੀ ਦੀ। ਕਾਫੀ ਹੈ, ਪਰ ਆਈ ਟੀ ਦਾ ਵੀ ਹੁਣ ਇੱਦਾਂ ਹੋਣ ਜਾ ਰਿਹਾ ਵੀ ਐਕਸੀਡੈਂਟ ਭਾਵੇਂ ਅਸੀਂ ਦੇਖਣ ਦੇ ਵਿੱਚ ਨਵਦੀ ਪਾ ਰਿਹਾ, ਜਿਹੜੇ 6-7 ਬੱਚੇ ਦੇ ਬੈਂਡ ਵੀ ਆ ਉਹ ਐਕਸੀਡੈਂਟ ਕੈਚ ਨਹੀਂ ਕਰਦਾ, ਉਹਨੂੰ ਛੇਤੀ ਕਿਤੇ ਜੋਬ ਦੇ ਨੇੜੇ ਨਹੀਂ ਲੱਗਣ ਦਿੰਦੇ। ਸੋ ਐਕਸਪੀਰੀਅੰਸ ਬਹੁਤ ਜ਼ਰੂਰੀ ਆ, ਅਤੇ ਇਹਨਾਂ ਗੱਲਾਂ ਨੂੰ ਧਿਆਨ ਰੱਖਦੇ ਹੀ ਬਿਲਕੁਲ ਦੇਖ ਕੇ ਸੋਚ ਸਮਝ ਕੇ ਪੁੱਛ ਕੇ, ਇਕੱਲਾ ਕੈਨੇਡਾ ਨਹੀਂ, ਜਿੱਥੇ ਤੁਹਾਨੂੰ ਸਹੀ ਲੱਗਦਾ ਉਸ ਹਿਸਾਬ ਨਾਲ ਜਾਣਾ ਚਾਹੀਦਾ ਆ, ਜਿੱਥੇ ਤੁਹਾਨੂੰ ਉਹਦੀ ਕੋਈ ਸੇਵਿੰਗ ਦੀਦੀ ਆ, ਨਹੀਂ ਤਾਂ ਉਹਨੂੰ ਉੱਥੇ ਬੱਚੇ ਨੂੰ ਪੜ੍ਹਾ ਕੇ ਲੋਕਲ ਪੜ੍ਹਾ ਕੇ ਫਿਰ ਕਿਤੇ ਵੀ ਤੁਸੀਂ ਉਹਦਾ ਫਿਊਚਰ ਚੁਣ ਸਕਦੇ ਆ। ਆਪਾਂ ਇੱਕ ਬੇਨਤੀ ਕਰਨੀ ਸੀ ਨਵਦੀਪ, ਵੀ ਫੋਨ ਬਹੁਤ ਸਾਰੇ ਆਉਂਦੇ ਆ, ਫੋਨ ਨਾਲੋਂ ਮੈਸੇਜ ਕਰਦੇ ਆ ਕੱਲ੍ਹ ਸਾਨੂੰ ਕਿਤੇ ਵੀ, ਅਤੇ ਅਸੀਂ ਇਹ ਇੱਕ ਬੇਨਤੀ ਕਰਦੇ ਹਾਂ ਵੀ ਤੁਹਾਡਾ ਇਹ ਜ਼ਰੂਰੀ ਆ। ਥੈਂਕ ਯੂ ਜੀ ਕਰਿਆ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹੱਦ ਪਸੰਦ ਕਰਦੇ ਹੋ, ਬਹੁਤ ਸਾਰੇ ਸੁਨੇਹੇ, ਅਤੇ ਜਿਵੇਂ ਕਿ ਜਾਂਦੇ ਜਾਂਦੇ ਕਰਨੈਲ ਸਿੰਘ ਜੀ ਨੇ ਕਿਹਾ ਕਿ ਬਹੁਤ ਸਾਰੀਆਂ ਫੋਨ ਕਾਲਸ ਤੁਹਾਡੀਆਂ ਆਉਂਦੀਆਂ ਨੇ, ਤਾਂ ਉਹ ਕਹਿੰਦੇ ਨੇ ਕਿ ਮੈਨੂੰ ਸੁਨੇਹਾ ਦੇ ਦਿਆ ਕਰੋ, ਤਾਂ ਮੈਂ ਸੁਨੇਹਾ ਸੁਣਦੇ ਹੀ ਤੁਹਾਡਾ ਕੰਮ ਜ਼ਰੂਰ ਕਰਦਿਆ ਕਰਾਂਗਾ। ਤਾਂ ਮੈਂ ਫਿਰ ਤੋਂ ਬੇਨਤੀ ਕਰਦੀ ਹਾਂ ਕਿ ਜੇਕਰ ਤੁਸੀਂ ਪੰਜਾਬ 'ਚ ਜਾਣਾ ਚਾਹੁੰਦੇ ਹੋ ਜਾਂ ਫਿਰ ਆਸਟ੍ਰੇਲੀਆ ਪਹੁੰਚ ਗਏ ਹੋ, ਕਿਸੇ ਮੁਸ਼ਕਿਲ ਦੇ ਵਿੱਚ ਫਸੇ ਹੋ, ਤਾਂ ਇਹਨਾਂ ਦੇ ਨਾਲ ਇੱਕ ਵਾਰ ਰਾਬਤਾ ਜ਼ਰੂਰ ਬਣਾਓ, ਜਿੰਨੀ ਵੀ ਹੋ ਸਕੇ ਤੁਹਾਡੀ ਮਦਦ ਜ਼ਰੂਰ ਕੀਤੀ ਜਾਵੇਗੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਸੀ, ਮਿਲਾਂਗੇ ਆਪਾਂ ਅਗਲੇ ਹਫ਼ਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।